ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕੱਲ ਤੋਂ ਫ੍ਰੀ ਕੀਤਾ ਜਾਵੇਗਾ। ਇਹ ਸਰਕਾਰ ਦੇ ਵੱਲੋਂ ਨਹੀਂ ਸਗੋਂ ਕਿਸਾਨਾਂ ਦੇ ਵੱਲੋਂ ਐਕਸ਼ਨ ਕੀਤਾ ਜਾਵੇਗਾ, ਕਿਉਂਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ, ਜਿਸ ਦੇ ਲਗਾਤਾਰ ਰੇਟ ਵਧੇ ਨੇ, ਔਰ ਇਹਨਾਂ ਰੇਟਾਂ ਨੂੰ ਹੀ ਲੈ ਕੇ ਕਿਸਾਨ ਯੂਨੀਅਨ ਦੇ ਵੱਲੋਂ ਐਲਾਨ ਕੀਤਾ ਗਿਆ। ਸ਼ਨੀਵਾਰ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਰੇਟ ਨਹੀਂ ਘਟੇ, ਤਾਂ ਹੁਣ ਕੱਲ੍ਹ ਤੋਂ ਕਿਸਾਨ ਇੱਥੇ ਪੱਕਾ ਮੋਰਚਾ ਲਗਾ ਕੇ ਬੈਠਣਗੇ। ਤਾਂ ਦੱਸ ਦਈਏ ਕਿ 16 ਅਪ੍ਰੈਲ ਤੋਂ ਫਿਲੌਰ ਦੇ ਨਜ਼ਦੀਕ ਲਾਡੋਵਾਲ ਟੋਲ ਪਲਾਜ਼ਾ, ਜਿੱਥੇ ਕਿਸਾਨਾਂ ਦਾ ਧਰਨਾ ਲੱਗੇਗਾ, ਬਿਨਾਂ ਪਰਚੀ ਤੋਂ ਵਾਹਨ ਇੱਥੇ ਲੰਘਣਗੇ। ਤਾਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਿਲਵਾਗ ਸਿੰਘ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਕੱਲ੍ਹ ਤੋਂ ਲਾਡੋਵਾਲ ਟੋਲ ਪਲਾਜ਼ੇ 'ਤੇ ਕਿਸਾਨ ਬੈਠਣਗੇ, ਔਰ ਇਹ ਟੋਲ ਪਲਾਜ਼ਾ ਜਿਹੜਾ ਫ੍ਰੀ ਕੀਤਾ ਜਾਵੇਗਾ। ਪੰਜਾਬ ਦਾ ਸਭ ਤੋਂ ਮਹਿੰਗਾ ਇਹ ਟੋਲ ਪਲਾਜ਼ਾ ਹੈ, ਜਿਸ ਦੇ ਰੇਟ ਲਗਾਤਾਰ ਵਧੇ ਨੇ। ਕਿਸਾਨਾਂ ਦੇ ਵੱਲੋਂ ਰੇਟ ਘੱਟ ਕਰਨ ਦੀ ਮੰਗ ਕੀਤੀ ਗਈ ਸੀ, ਪਰ ਟੋਲ ਦੇ ਮਾਲਕਾਂ ਦੇ ਵੱਲੋਂ ਮੰਗ ਨਹੀਂ ਮੰਨੀ ਗਈ, ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੱਲ੍ਹ ਇੱਕ ਵੱਡਾ ਐਕਸ਼ਨ ਕੀਤਾ ਜਾਵੇਗਾ, ਟੋਲ ਫ੍ਰੀ ਕੀਤਾ ਜਾਵੇਗਾ। ਪੱਕਾ ਧਰਨਾ ਲਗਾ ਕੇ ਕਿਸਾਨ ਲਾਡੋਵਾਲ ਟੋਲ ਪਲਾਜ਼ੇ 'ਤੇ ਬੈਠ ਜਾਣਗੇ, ਬਿਨਾਂ ਪਰਚੀ ਤੋਂ ਬਿਨਾਂ ਪੈਸੇ ਦਿੱਤੇ ਵਾਹਨ ਇੱਥੋਂ ਲੰਘਾਏ ਜਾਣਗੇ। ਤਾਂ ਕਿਸਾਨਾਂ ਦੇ ਵੱਲੋਂ ਇਹ ਵੱਡੇ ਐਕਸ਼ਨ ਦੀ ਤਿਆਰੀ ਆ ਜਿਹੜੀ ਉਹ ਪੂਰੀ ਕਰ ਲਈ ਹੈ, ਕੱਲ੍ਹ 10 ਵਜੇ ਤੋਂ ਕਿਸਾਨ ਇੱਥੇ ਬੈਠ ਜਾਣਗੇ। ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਨੇ, ਜਾਂ ਆਪਾਂ ਐਲਾਨ ਕੀਤਾ ਸੀਗਾ ਕਿ ਆਪਾਂ ਲਾਡੋਵਾਲ ਦਾ ਟੋਲ ਪਲਾਜ਼ਾ ਐਤਵਾਰ ਨੂੰ ਫ੍ਰੀ ਕਰਾਂਗੇ, ਮੈਂ ਆਪਣੀ ਯੂਨੀਅਨ ਦੇ ਸਾਰੇ ਹੀ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਹਲਕਾ ਪ੍ਰਧਾਨ, ਸਰਕਲ ਪ੍ਰਧਾਨ ਤੱਕ ਇਹ ਕਹਿੰਦਾ ਵੀ ਅਸੀਂ ਕਿਸੇ ਨੂੰ ਸਪੈਸ਼ਲ ਫੋਨ ਨਹੀਂ ਕੀਤਾ, ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਘੱਟੋ ਘੱਟ 50-50 ਬੰਦੇ ਲੈ ਕੇ ਸਾਰੇ ਬੰਦੇ ਕੱਲ੍ਹ 10 ਵਜੇ ਲਾਡੋਵਾਲ ਟੋਲ ਪਲਾਜ਼ਾ 'ਤੇ ਪਹੁੰਚਣਾ। ਅਤੇ ਜਿਹੜੀ ਆਮ ਜਨਤਾ ਨੂੰ ਅਪੀਲ ਆ ਕਿ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਪਾਈਆਂ ਨੇ, ਇਸ ਤੋਂ ਪਹਿਲਾਂ ਵੀ ਬੜੀ ਵਾਰ ਵੋਟਾਂ ਪਈਆਂ ਨੇ, ਤੁਸੀਂ MP ਵੀ ਬਣਾਉਂਦੇ ਆ, MLA ਵੀ ਬਣਾਉਂਦੇ ਆ, ਕੌਂਸਲਰ ਵੀ ਬਣਾਉਂਦੇ ਆ, ਪਰ ਕਦੀ ਕਿਸੇ ਲੀਡਰ ਨੇ ਤੁਹਾਨੂੰ ਰਾਹਤ ਦੇਣ ਦੀ ਗੱਲ ਕੀਤੀ ਆ? ਤੁਹਾਨੂੰ ਕੀ ਰਾਜੇ ਵੜਿੰਗ ਨੇ ਕਿਹਾ ਆਣ ਕੇ ਵੀ ਤੁਹਾਨੂੰ ਮੈਂ ਤੁਹਾਡਾ ਟੋਲ ਪਲਾਜ਼ਾ ਫ੍ਰੀ ਕਰਾਉਣਾ? ਕਦੀ ਤੁਹਾਨੂੰ ਡਾਕਟਰ ਅਮਰ ਸਿੰਘ ਨੇ ਕਿਹਾ ਮੈਂ ਤੁਹਾਡਾ ਟੋਲ ਪਲਾਜ਼ਾ ਫ੍ਰੀ ਕਰਾਉਣਾ? ਕਦੀ ਕਿਸੇ ਅਕਾਲੀ ਦਲ ਦੇ ਬੰਦੇ ਨੇ ਕਿਹਾ ਆਪ ਤਾਂ ਇੰਨੇ MLA ਜਿੱਤੇ ਆ, ਕਦੀ ਤੁਹਾਨੂੰ ਕਿਸੇ ਨੇ ਰਾਹਤ ਦਿੱਤੀ ਆ? ਤੁਸੀਂ ਇੰਨੀਆਂ ਉਹਨਾਂ ਦੀ ਖਾਤਰ ਰੈਲੀਆਂ ਕੀਤੀਆਂ, ਇੰਨੇ ਝੰਡੇ ਚੁੱਕੇ, ਹਾਰ ਸਰੋਪੇ ਚਾਹਵਾਂ, ਤੁਸੀਂ ਕੀ ਨਹੀਂ ਕੀਤਾ? ਲੱਡੂ ਵੰਡੇ ਤੁਸੀਂ, ਪਰ ਤੁਹਾਨੂੰ ਰਾਹਤ ਦੇਣ ਦੀ ਗੱਲ ਕਿਸੇ ਨੇ ਨਹੀਂ ਕੀਤੀ। ਇਹ ਸਾਰਾ ਕੁਛ ਆਪਣਾ ਤਾਣਾ ਬਾਣਾ ਸਾਨੂੰ ਆਪ ਹੀ ਬੁਣਨਾ ਪੈਣਾ, ਇਹਨਾਂ ਨੂੰ ਚਾਹੇ ਲੱਕ ਜਿਤਾ ਦਿਓ ਤੁਸੀਂ, ਇਹਨਾਂ 'ਤੇ ਆਸ ਨਾ ਕਰੋ ਕੋਈ ਵੀ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਣੀਆਂ ਜ਼ਮੀਰਾਂ ਜਗਾਓ, ਆਪਣੇ ਹੱਕਾਂ ਦੀ ਖਾਤਰ ਆਪ ਲੜੋ। ਜਿੰਨਾ ਚਿਰ ਤੁਸੀਂ ਆਪ ਨਹੀਂ ਲੜਦੇ, ਉਹਨਾਂ ਚਿਰ ਸਰਕਾਰਾਂ ਨੇ ਸੁੱਤੀਆਂ ਨੇ ਨਹੀਂ ਜਾਗਣਾ। ਇਸ ਕਰਕੇ ਭਰਾਓ ਬੇਨਤੀ ਆ ਤੁਹਾਨੂੰ ਵੀ ਇਹ ਕੰਮ ਪਬਲਿਕ ਦਾ, ਇਹਦੇ ਲਈ ਅਮੀਰ ਤੋਂ ਲੈ ਕੇ ਗਰੀਬ ਤੱਕ ਸਾਰੇ ਦੁਖੀ ਹੁੰਦੇ ਆ, ਸਾਰਿਆਂ ਨੂੰ ਪੈਸੇ ਪੈਂਦੇ ਆ, ਜਿਹਦੇ 'ਚ ਟੈਕਸੀ ਡਰਾਈਵਰ ਆ, ਟੈਕਸੀਆਂ ਵਾਲੇ ਆ, ਟਰੱਕਾਂ ਵਾਲੇ ਆ, ਟੈਂਪੂ ਵਾਲੇ ਆ, ਟਿੱਪਰਾਂ ਵਾਲੇ ਆ, ਬੱਸਾਂ ਵਾਲੇ ਆ, ਕਿਹੜਾ ਬੰਦਾ ਜਿਹੜਾ ਟੋਲ ਟੈਕਸ ਤੋਂ ਭਾਰੀ ਟੋਲ ਟੈਕਸ 'ਤੇ ਕਿ ਨਹੀਂ ਲੰਘਦਾ? ਪਰ ਘੱਟੋ ਘੱਟ ਇਹ ਤਾਂ ਦੇਖੋ ਵੀ ਅਸੀਂ ਤੁਹਾਡੀ ਖਾਤਰ ਲੜ ਰਹੇ ਹਾਂ, ਸਾਡਾ ਸਾਥ ਦਿਓ। ਇੱਥੇ ਲੰਗਰ ਵੀ ਚੱਲਣੇ ਆ, ਇੱਥੇ ਛਬੀਲਾਂ ਵੀ ਲੱਗਣੀਆਂ ਵਾ, ਇੱਥੇ ਸਾਰਾ ਕੁਛ ਹੋਣਾ। ਬਣਾਓ ਸਾਰਾ, ਸਾਰੇ ਘਰ 'ਚ ਹਿੱਸਾ ਪਾਓ ਅਤੇ ਕੱਲ੍ਹ 10 ਵਜੇ ਆਪਣੀ ਤਿਆਰੀ ਨਾਲ ਇੱਥੇ ਪਹੁੰਚੋ, ਤਾਂ ਜੋ ਇਹਨੂੰ ਆਪਾਂ, ਮੇਰੇ ਤਾਂ ਮਨ ਦੀ ਇਹ ਗੱਲ ਆ ਕਿ ਇਹਨੂੰ ਬੰਦ ਹੀ ਕਰਾ ਦਈਏ। ਇਹ ਜਦੋਂ ਸੜਕਾਂ 'ਤੇ ਟੋਏ ਪਏ ਆ, ਲਾਈਟਾਂ ਇਹਨਾਂ ਦੀਆਂ ਨਹੀਂ ਜਗਦੀਆਂ, ਕੋਈ ਟੋਇਲਟ ਸਿਸਟਮ ਇੱਥੇ ਨਹੀਂ ਹੈਗਾ, ਆਏ ਗਏ ਯਾਤਰੀਆਂ ਦੇ ਲਈ ਕਿਤੇ ਬਾਥਰੂਮ ਲੈਟਰਿੰਗ ਹੈਗੇ ਆ, ਕਿਤੇ ਤੁਹਾਡੇ ਕੋਈ ਸੁਵਿਧਾ ਹੈਗੀ ਆ ਤੁਹਾਡੇ ਲਈ?
ਸਿਰਫ ਤੁਹਾਡੀਆਂ ਜੇਬਾਂ ਵੱਢੀ ਜਾਂਦੇ ਆ। 150 ਤੋਂ ਸ਼ੁਰੂ ਹੋਇਆ ਸੀ, 430 ਹੋ ਗਿਆ। ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਮੇਰੀ ਬੇਨਤੀ ਪ੍ਰਵਾਨ ਕਰੋ, ਸਾਡੀਆਂ ਦੋ ਜਥੇਬੰਦੀਆਂ ਨੇ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ, ਦੋਨਾਂ ਜਥੇਬੰਦੀਆਂ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਵਾ ਤੁਹਾਨੂੰ ਰਾਹਤ ਦਿਵਾਉਣ ਲਈ ਅਤੇ ਤੁਹਾਡਾ ਛੁਟਕਾਰਾ ਕਰਵਾਉਣ ਲਈ। ਇਸ ਕਰਕੇ ਸਾਡਾ ਸਾਥ ਦਿਓ।